ਸ਼੍ਰੀ ਸਤਿਗੁਰੂ ਬਾਬਾ ਲਾਲ ਦਿਆਲ ਜੀ ਮਹਾਰਾਜ, ਧਿਆਨਪੁਰ ਦੇ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਅਤੇ ਸ਼੍ਰੀ ਗੋਪਾਲ ਦਾਸ ਜੀ ਮਹਾਰਾਜ ਹੁਸ਼ਿਆਰਪੁਰ ਦੇ ਮਹੱਲਾ ਆਕਾਸ਼ ਨਗਰ ਵਿਖੇ ਅਸ਼ਵਨੀ ਭਾਟੀਆ ਦੇ ਨਿਵਾਸ ਸਥਾਨ 'ਤੇ ਪਹੁੰਚੇ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਪਹੁੰਚੇ ਭਗਤਾਂ ਨੇ ਮਹੰਤ ਜੀ ਦਾ ਸਵਾਗਤ ਕੀਤਾ ਅਤੇ ਸਤਿਗੁਰੂ ਬਾਬਾ ਲਾਲ ਦਿਆਲ ਜੀ ਮਹਾਰਾਜ ਜੀ ਦੇ ਨਾਮ ਦੀ ਮਹਿਮਾ ਦਾ ਕੀਰਤਨ ਕਰਦੇ ਹੋਏ ਵਾਤਾਵਰਨ ਨੂੰ ਭਗਤੀਮਈ ਬਣਾ ਦਿੱਤਾ। ਇਸ ਮੌਕੇ 'ਤੇ ਜ਼ਿਲ੍ਹਾ ਭਾਜਪਾ ਮਹਾਂਮੰਤਰੀ ਸੁਰੇਸ਼ ਭਾਟੀਆ ਬਿੱਟੂ ਨੇ ਮਹੰਤ ਜੀ ਦਾ ਅਤੇ ਸਾਰੀਆਂ ਸੰਗਤਾਂ ਦਾ ਪਹੁੰਚਣ 'ਤੇ ਸਵਾਗਤ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ। ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਇੰਦਰਜੀਤ ਸਿੰਘ ਦੀ ਰਿਪੋਰਟ।
ਅੱਜ ਬਹੁਤ ਭਾਗਾਂ ਵਾਲਾ ਦਿਨ ਆ। ਅੱਜ ਸਾਡੇ ਗੁਰੂ ਮਹਾਰਾਜ ਜੀ ਸ਼੍ਰੀ ਸਤਿਗੁਰ ਬਾਬਾ ਲਾਲ ਦਿਆਲ ਜੀ ਮਹਾਰਾਜ ਧਿਆਨਪੁਰ ਵਾਲੇ ਗੱਦੀ ਨਸ਼ੀਨ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੇ ਚਰਨ ਪਏ ਆ ਔਰ ਮੇਰੇ ਛੋਟੇ ਵੀਰ ਅਸ਼ਵਨੀ ਭਾਟੀਆ ਨੇ ਕੋਠੀ ਬਣਾਈ ਆ ਉਹਦੇ ਗ੍ਰਹਿ ਪ੍ਰਵੇਸ਼ ਦੇ ਉੱਤੇ। ਮਹਾਰਾਜ ਨੇ ਆਉਣਾ ਤਾਂ ਕੱਲ੍ਹ ਸੀ, ਕਿਸੇ ਕਾਰਨ ਵੰਸ਼ ਕੱਲ੍ਹ ਮਹਾਰਾਜ ਨੂੰ ਕੰਮ ਪੈ ਗਿਆ। ਅੱਜ ਚਰਨ ਉਹਨਾਂ ਦੇ ਪੈ ਰਹੇ ਆ ਹੁਸ਼ਿਆਰਪੁਰ ਦੇ ਵਿੱਚ। ਮੈਂ ਸੁਰੇਸ਼ ਭਾਟੀਆ, ਮਹਾਂਮੰਤਰੀ ਭਾਰਤੀ ਜਨਤਾ ਪਾਰਟੀ ਔਰ ਪੂਰਾ ਪਾਰਸ਼ਦ ਹੋਣ ਦੇ ਨਾਤੇ, ਮੈਂ ਔਰ ਮਹਾਰਾਜ ਦਾ ਸੇਵਕ ਸਭ ਤੋਂ ਪਹਿਲਾਂ ਸੇਵਾਦਾਰ ਹੋਣ ਦੇ ਨਾਤੇ, ਸ਼ਿਸ਼ਿਆ ਹੋਣ ਦੇ ਨਾਤੇ ਮੈਂ ਇੱਥੇ ਪਹੁੰਚਣ 'ਤੇ ਮਹਾਰਾਜ ਦਾ ਹਾਰਦਿਕ ਸਵਾਗਤ ਅਭਿਨੰਦਨ ਕਰਦਾ ਔਰ ਮਹਾਰਾਜ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਜਾਣਗੇ ਔਰ ਮੈਂ ਬਾਬਾ ਲਾਲ ਜੀ ਅੱਗੇ ਇਹੀ ਦੁਆ ਕਰਦਾ ਕਿ ਸਾਰਿਆਂ ਨੂੰ ਤੰਦਰੁਸਤੀ, ਖੁਸ਼ੀਆਂ ਔਰ ਜਿੱਦਾਂ ਮੇਰੇ ਵੱਡੇ ਵੀਰ ਨੇ, ਛੋਟੇ ਵੀਰ ਨੇ ਕੋਠੀ ਬਣਾਈ ਆ, ਇੱਦਾਂ ਦੀ ਕੋਠੀ ਸਾਰਿਆਂ ਨੂੰ ਪਰਮਾਤਮਾ ਦੇਵੇ। ਬੋਲ ਮੇਰੇ ਸਤਿਗੁਰ ਬਾਬਾ ਲਾਲ ਜੀ ਕੀ ਜੈ।